ਅਸਲਾਮ ਵਾਲੇਕੁਮ, ਮੈਂ ਅਮਰ ਬਾਸ, ਉਮੀਦ ਕਰਦਾ ਸਾਰੇ ਭਾਈ ਬਿਲਕੁਲ ਫਿੱਟ ਫਾਟ ਸਤ। ਅੱਜ ਦਾ ਵਿਲਾਗ ਕਰਦੇ ਹਾਂ ਸ਼ੁਰੂ। ਭਾਈ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਵਿਸਾਖ ਦਾ ਮਹੀਨਾ ਚੱਲ ਰਿਹਾ, ਹਰ ਪਾਸੇ ਭਾਈ ਸਾਹਿਬ ਗੰਦਮ ਹੀ ਗੰਦਮ ਹੈ। ਅਤੇ ਸਾਡੇ ਜਿਹੜੇ ਭਾਈ ਹਨ ਉਹ ਅੱਜ ਆਏ ਹੋਏ ਹਨ ਵੰਗਾਰਾ, ਭਾਈ ਅਸਗਰ ਵੰਗਾਰਾ ਆਏ ਹੋਏ ਹਨ ਆਪਣੇ ਉਸਤਾਦਾਂ ਦਾ, ਉਹ ਕਣਕ ਵਗੈਰਾ ਵੱਢ ਰਹੇ ਹਨ। ਅਤੇ ਆਹ ਹੁਣ ਚੱਲਦੇ ਹਾਂ, ਤੁਹਾਨੂੰ ਵਿਖਾਉਂਦੇ ਵੀ ਹਾਂ ਕਣਕ ਕਿਸ ਤਰ੍ਹਾਂ ਵਡਿੰਦੀ ਪਈ ਹੈ। ਅਤੇ ਉਸ ਤੋਂ ਬਾਅਦ ਮਸ਼ੀਨ ਉਹਨਾਂ ਲਾਈ ਹੋਈ, ਜਿਹੜੀ ਹੱਥਾਂ ਨਾਲ ਮਸ਼ੀਨ ਆਉਂਦੀ ਹੈ ਨਾ, ਉਹ ਨਾਲ ਕਣਕ ਵਗੈਰਾ ਵੱਢ ਰਹੇ ਹਨ। ਅਤੇ ਉਹ ਵੀ ਚੈੱਕ ਕਰ ਲੈਂਦੇ ਹਾਂ, ਤੁਹਾਨੂੰ ਵਿਖਾਉਂਦੇ ਨਾਲ ਸ਼ੂਗਰ ਮਿਲ ਲੈਂਦੇ। ਭਾਈ ਸਾਹਿਬ, ਉਹ ਦੂਰ ਜਿਹੜੇ ਲੇਬਰ ਲੱਗੀ ਹੋਈ ਉਹ ਆਪਣੀ ਲੇਬਰ ਹੈ। ਅਤੇ ਅੱਗੇ ਆਉਂਦੇ ਹਾਂ, ਰਸਤਾ ਭਾਈ ਸਾਹਿਬ ਇਸ ਤਰ੍ਹਾਂ ਨਹੀਂ ਆਉਂਦਾ ਕਿਉਂਕਿ ਖੇਤ ਇੰਨਾ ਕਮਾਦ ਵਗੈਰਾ ਲੱਗਾ ਹੋਇਆ, ਅਤੇ ਖੇਤਾਂ ਦੇ ਵਿੱਚ ਰਸਤਾ ਇਸ ਤਰ੍ਹਾਂ ਦਾ ਹੀ ਆਉਂਦਾ। ਰਸਤਾ ਹੈ ਕੋਈ ਨਹੀਂ, ਅਤੇ ਬੰਨਾ ਕੂਲਿਆਂ ਦੇ ਵਿੱਚੋਂ ਲਾ ਕੇ ਬਹਿਣਾ ਹੁੰਦਾ। ਇਹ ਸਾਰੀ ਕਣਕ ਭਾਈ ਸਾਹਿਬ ਇੰਨਾ ਵੱਢੀ ਹੈ, ਅਤੇ ਉਹ ਅੱਗੇ ਲੱਗ ਗਏ ਹਨ ਕਣਕ ਨੂੰ। ਮਨ ਤਾਂ ਲੱਗਦਾ ਇਹ 2-3 ਕਿੱਲੇ ਤੋਂ ਮੁਕਾ ਹੀ ਖਲਣ, ਔਰ ਬਣ ਕੇ ਬੈਠਦੇ ਹਾਂ। ਅਸਗਰ ਭਾਈ ਔਰ ਭਾਈ ਸਾਹਿਬ ਕਣਕ ਜਿਹੜੇ ਨਾ ਉਹ ਬੰਨ ਰਹੇ ਨਾ। ਹੋਰ ਭਾਈ ਸਾਜਦ, ਕੀ ਹਾਲ ਚਾਲ ਹੈ? ਤਨਵੀਰ ਸਾਹਿਬ ਕੰਮ ਕਿਹਸਾ ਵੇ? ਕੋਈ ਨਹੀਂ, ਖੈਰ ਹੈ। ਹੈਲਾ ਇਹ ਭਾਈ ਮਸ਼ੀਨ ਨਾਲ ਉਸਤਾਦ ਜੀ ਔਰ ਜਿਹੜੇ ਨਾ ਕਣਕ ਵੱਢ ਰਹੇ ਹਨ, ਅਤੇ ਸਾਰੀ ਲੇਬਰ ਜਿਹੜੀ ਪਿੱਛੇ ਹੈ ਉਹ ਕਣਕ ਬਣਨੇ ਤੇ। ਸ਼ਾਮਾਂ ਤੱਕ ਇੱਥੇ ਵਧ ਰਿਹਾ, ਜਲਦੀ ਜਲਦੀ ਮੁਕਾਓ ਭਾਈ। ਵੇਖੀ ਭਾਈ ਸਾਜਿਦ, ਵੇਖ ਕੰਮ ਮੁਕਾ ਰਿਹਾ। ਚੰਗਾ ਮਕਾਨਾ ਕਿ ਇਹ ਵੀ ਮਸ਼ੀਨ ਹੈ ਜਿਹਨਾਂ ਕਣਕ ਜਿਹੜੀ ਉਹ ਵਡਿੰਦੀ ਹੈ। ਚੱਲ ਪੈਟਰੋਲ ਵਿੱਚ ਹੈ, ਪੈਟਰੋਲ ਹੈ ਥੋੜ੍ਹਾ ਜਿਹਾ, ਅੱਧਾ ਕੁ ਭਾਗ ਪੈਟਰੋਲ ਦਾ ਵਧਾ ਵੇ। ਹੱਥਾਂ ਦੇ ਨਾਲ ਜਿਹੜੀ ਨਾ ਕਣਕ ਬਣਨਾ ਬਹੁਤ ਮੁਸ਼ਕਿਲ ਕੰਮ ਹੈ, ਅਤੇ ਜਿਹੜਾ ਹੈ ਨਾ ਮਸ਼ੀਨ ਨਾਲ ਉਹ ਵੀ ਮੁਸ਼ਕਿਲ ਹੈ, ਮਗਰ ਜਲਦੀ ਵੱਡੀ ਰਹਿੰਦੀ ਕਣਕ ਮਸ਼ੀਨ ਦੇ ਨਾਲ ਜਿਹੜੀ ਕਣਕ ਉਹ ਜਲਦੀ ਵੱਡੀ ਰਹਿੰਦੀ ਕਿਉਂਕਿ ਥੋੜ੍ਹਾ ਤੇਜ਼ੀ ਨਾਲ ਕੰਮ ਆਉਂਦਾ, ਹੱਥ ਨਾਲ ਆਰਾਮ ਆਰਾਮ ਨਾਲ ਬੰਦਾ ਕੰਮ ਕਰਾਉਂਦਾ, ਅਤੇ ਇਹਦੇ ਵਿੱਚ ਜਿਹੜੀ ਉਹ ਮੁਸ਼ਕਿਲ ਆਉਂਦੀ। ਮਸ਼ੀਨ ਨਾਲ ਭਾਈ ਸਾਹਿਬ ਫਟਾਫਟ ਹੀ ਕੰਮ ਆ ਰਿਹਾ।
ਬਣਾਉਣ ਵਾਲੇ ਵੱਖਰੇ ਤੇ ਬਣਨ ਵਾਲੇ ਵੱਖਰੇ ਤੇ ਬਣਨ ਵਾਲਾ ਇੱਕ ਬੰਦਾ ਉਸਤਾਦਾਂ ਕੋਲ ਔਖਾ ਕੰਮ ਕਰਵਾ ਰਹੇ ਹੋ ਯਾਰ ਕੋਈ ਨਾ ਦੱਸ ਨਾ ਸਾਨੂੰ ਕੀ ਆਦਤ ਹੈ ਚਾਹ ਆ ਗਈ ਹੈ ਭਾਈ ਔਰ ਕੂਲਰ ਲੈ ਕੇ ਉੱਥੇ ਜਾ ਰਹੇ ਨੇ ਉਹ ਸਾਹਮਣੇ ਚਾਹ ਦੋ ਮਿੰਟ ਸਿਰਫ ਮਸ਼ੀਨ ਚਲਾਈ ਭਾਈ ਸਾਹਿਬ ਅਤੇ ਮੈਂ ਇੱਥੋਂ ਚੱਲੀ ਨਹੀਂ ਉਸਤਾਦ ਹੀ ਹਨ ਜਿਹੜਾ ਅੱਜ ਤਕਰੀਬਨ ਹਫ਼ਤਾ ਹੋਣ ਵਾਲਾ ਮਸ਼ੀਨ ਚਲਾ ਰਹੇ ਅਤੇ ਬੜਾ ਮੁਸ਼ਕਿਲ ਕੰਮ ਹੈ ਹੱਥ ਨਾਲ ਵੜਨ ਵਾਲਾ ਬਹੁਤ ਮੁਸ਼ਕਿਲ ਕੰਮ ਹੈ ਇਹ ਵੀ ਮੁਸ਼ਕਿਲ ਹੀ ਕੰਮ ਹੈ ਕਣਕ ਵੜਨ ਵਾਲੀ ਭਾਈ ਸਾਹਿਬ ਮੁਸ਼ਕਿਲ ਕੰਮ ਹੈ ਬਾਕੀ ਹੁਣ ਇੱਕ ਵਾਰੀ ਆਪਣੀ ਲੇਬਰ ਜਿਹੜੀ ਲੱਗੀ ਹੋਈ ਉਹਦੇ ਬਾਅਦ ਚਾਹ ਦਾ ਟਾਈਮ ਹੋ ਗਿਆ ਵਕਫਾ ਹੈ ਚਾਹ ਦਾ ਟੀ ਬ੍ਰੇਕ ਆ ਗਈ ਹੈ ਅਤੇ ਅਸੀਂ ਵੀ ਵੰਗਾਰੇ ਹੀ ਇੰਝ ਸਮਝ ਆ ਰਹੇ ਅਤੇ ਚਾਹ ਵਗੈਰਾ ਪੀਂਦੇ ਮੈਂ ਨਾ ਚਾਹ ਪੀਂਦੇ ਪੈਟਰੋਲ ਵੀ ਵਾਰ ਖਤਮ ਹੋ ਗਿਆ ਮਸ਼ੀਨ ਦਾ ਤੇ ਹੁਣ ਦੁਬਾਰਾ ਇਹ ਉਸਤਾਦ ਜੀ ਕਿੰਨੇ ਲੀਟਰ ਹੈ ਰੋਜ਼ ਦਾ ਖਰਚ ਹੋ ਪੈਂਦਾ ਤਰੇ ਲੀਟਰ ਇੱਕ ਕਿੱਲੇ ਤੇ ਹਜ਼ਾਰ ਰੁਪਏ ਦਾ ਤਕਰੀਬਨ ਯਾਨੀ ਕਿ 900 ਰੁਪਏ ਦਾ ਇੱਕ ਕਿੱਲੇ ਤੇ ਇਹ ਮੈਂ ਨਾ ਲਈ ਹੋਈ ਮੋਟਰਸਾਈਕਲ ਖਲਾ ਥੋੜੀ ਸਾਰੀ ਰਹਿ ਗਈ ਕਣਕ ਬਸ ਪੈਟਰੋਲ ਬਚ ਗਿਆ ਦੁਬਾਰਾ ਜਿਹੜਾ ਕੰਮ ਵੱਡਾ ਹੀ ਅਲਾ ਸ਼ੁਰੂ ਹੋ ਗਿਆ ਅੱਧੀ ਲੇਬਰ ਆਪਣੀ ਉਹ ਕੰਮ ਬਣਨਾ ਤੇ ਸ਼ੁਰੂ ਕਰ ਦਿੱਤੀ ਬਾਈ ਇਸ ਗੱਲ ਨੂੰ ਲਾਇਆ ਇਹ ਬੰਨਾ ਸਾਫ਼ ਕਰਨੇ ਤੇ ਬਾਈ ਬੰਨਾ ਸਾਫ਼ ਕਰਨ ਮਸ਼ੀਨ ਦਾ ਰਾਹ ਬਣੇ ਕੰਮ ਇਹ ਤੇ ਚੱਲਦਾ ਹੀ ਰਹਿਣਾ ਹੈ ਤਕਰੀਬਨ ਸ਼ਾਮਾਂ ਤੱਕ ਇਹ ਨਾਲਾ ਥੋੜ੍ਹਾ ਜਿਹਾ ਰਹਿੰਦਾ ਉਹ ਵੜ ਕੇ ਨਾ ਵਾਪਸ ਆਉਣਾ ਹੈ ਅਤੇ ਮੈਂ ਹੁਣ ਚੱਲਦਾ ਵਾਪਸ ਅਤੇ ਸਾਡੇ ਏਰੀਆ ਜਿਹੜਾ ਗੰਦਮ ਦਾ ਰੇਟ ਮਾਸ਼ਾ ਅੱਲਾ ਹੈ ਸਵੇਰੇ ਬੜਾ ਫਿੱਟ ਹੈ ਗਰੀਬ ਆਦਮੀ ਹੈ ਕਿਉਂਕਿ ਤੁਹਾਨੂੰ ਪਤਾ ਮਜ਼ਦੂਰ ਆਦਮੀ ਜਿਹੜਾ ਪਿਛਲੇ ਵਾਰ 4000 ਰੇਟ ਆਈ ਅਤੇ ਮਜ਼ਦੂਰਾਂ ਵਾਲੀ ਬਹੁਤ ਮੁਸ਼ਕਿਲ ਹੋਈ ਹੈ ਲੈਣ ਲੱਗਾ ਹੁਣ 2800 ਤੋਂ ਲੈ ਕੇ 3200 ਤੱਕ ਰੇਟ ਚੱਲ ਰਿਹਾ ਹੈ ਸਾਡੇ ਏਰੀਏ 'ਚ ਅਤੇ ਕੁਝ 1000-1200 ਕਮੀ ਨਾਲ ਬੜਾ ਫਰਕ ਪੈ ਪੈਂਦਾ ਮਜ਼ਦੂਰ ਆਦਮੀ ਹਨ ਵਿਚਾਰੇ ਆਰਾਮ ਸਕੂਨ ਨਾਲ ਲੈ ਲੈ ਸਨ ਅਤੇ ਫੀ ਮਣ ਜਿਹੜਾ ਨਾ 4 ਮਣ ਜਿਹੜਾ ਇੱਕ ਕਿੱਲੇ ਦੀ ਝਾੜੀ ਨਾ ਉਹ ਚੱਲੀ ਹੋਈ ਹੈ ਵਢਾਈ ਸਾਡੇ ਏਰੀਏ 'ਚ ਹੱਥ ਨਾਲ ਵੜਨੀ ਆਵੇ ਇਸ ਮਸ਼ੀਨ ਨਾਲ ਵੜਨੀ ਆਵੇ ਕੰਮ ਔਖਾ ਹੀ ਹੈ ਮੈਂ 2 ਮਿੰਟ ਸਿਰਫ ਮਸ਼ੀਨ ਚਲਾਈ ਅਤੇ ਮੇਰੇ ਕੋਲ ਚੱਲੀ ਨਹੀਂ ਅਤੇ ਉਸ ਤੋਂ ਬਾਅਦ ਜਿਹੜਾ ਹਾਰਵੈਸਟਰ ਆਉਂਦਾ ਨਾ ਜਿਹੜੀ ਸਭ ਤੋਂ ਆਸਾਨ ਜਿਹੜੀ ਕਣਕ ਵੜਨੀ ਜਾਂਦੀ ਉਹ ਹਾਰਵੈਸਟਰ ਨਾਲ ਆਉਂਦੀ ਉਹਦੇ 'ਚ ਇਹ ਹੁੰਦਾ ਕਿ ਉਹਦੇ ਵਿੱਚ ਜਾਨਵਰਾਂ ਵਾਸਤੇ ਬਾਂਹ ਵਗੈਰਾ ਜਿਹੜਾ ਹੁੰਦਾ ਉਹ ਕੋਈ ਨਹੀਂ ਬਣਦਾ ਉਸ ਤੋਂ ਬਾਅਦ ਜਿਹੜਾ ਸਿੱਧਾ ਦਾਣੇ ਹੀ ਮਿਲਦੇ ਨੇ ਸਿਰਫ ਬਣੇ